ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ 14 ਅਕਤੂਬਰ 2024 ਨੂੰ ਆ ਰਿਹਾ ਹੈ ਬਹੁਤ ਵੱਡਾ ਦਿਨ ਇਸ ਦਿਨ ਹੈ ਪੂਰਨਮਾਸ਼ੀ ਦੇਖੋ ਪੂਰਨਮਾਸ਼ੀ ਤਾਂ ਹੈ ਹੀ ਹੈ ਪਰ ਖਾਸ ਔਰ ਵੱਡਾ ਦਿਨ ਕਿਸ ਲਈ ਹੈ ਕਿਉਂਕਿ ਇਸ ਦਿਨ ਇਸ ਪੂਰਨਮਾਸ਼ੀ ਤੇ ਜਿਹੜਾ ਚੰਦਰਮਾ ਨਿਕਲੇਗਾ ਉਹ ਸਾਲ ਦਾ ਸਭ ਤੋਂ ਸਟਰੋਂਗ ਤੇ ਪਾਵਰਫੁਲ ਚੰਦਰਮਾ ਹੋਏਗਾ ਠੀਕ ਹੈ ਇਸ ਮਹੀਨੇ ਦੀ ਪੂਰਨਮਾਸ਼ੀ ਨੂੰ ਸ਼ਰਦ ਪੂਰਨਿਮਾ ਸ਼ਰਦ ਪੂਰਨਮਾਸ਼ੀ ਵੀ ਕਿਹਾ ਜਾਂਦਾ ਹੈ ਤੇ ਇਸ ਚੰਦਰਮਾ ਦੀ ਜਿਹੜੀ ਰੋਸ਼ਨੀ ਹੋਏਗੀ ਨਾ ਉਹ ਇੰਨੀ ਉਹਦੇ ਵਿੱਚ ਖਾਸ ਇੰਨੀ ਹਾਈ ਐਨਰਜੀ ਹੋਏਗੀ ਕਿ ਤੁਸੀਂ ਕੁਝ ਵੀ ਮੈਨੀਫੈਸਟ ਕਰ ਸਕਦੇ ਹੋ ਇਸ ਕਰਕੇ ਮੈਂ ਤੁਹਾਡੇ ਵਾਸਤੇ ਅੱਜ ਦੋ ਉਪਾਅ ਲੈ ਕੇ ਆਈ ਹਾਂ ਤੁਸੀਂ ਆਪਣੀ ਕੰਫਰਟ ਦੇ ਹਿਸਾਬ ਦੇ ਨਾਲ ਤੁਸੀਂ ਉਹ ਉਪਾਅ ਕਰ ਸਕਦੇ ਹੋ ਦੋਨੋਂ ਵੀ ਕਰ ਸਕਦੇ ਹੋ ਦੋਨਾਂ ਵਿੱਚੋਂ ਇੱਕ ਵੀ ਕਰ ਸਕਦੇ ਹੋ ਦੇਖੋ ਉਪਾਅ ਤਾਂ ਮੈਂ ਤੁਹਾਨੂੰ ਦੱਸਣ ਹੀ ਵਾਲੀ ਹਾਂ ਅੱਗੇ ਵੀਡੀਓ ਵਿੱਚ ਜਾ ਕੇ ਪਰ ਪਹਿਲੇ ਮੈਂ ਕੁਝ ਦੋ ਤਿੰਨ ਗੱਲਾਂ ਦੱਸ ਦਿੰਦੀ ਹਾਂ ਜੋ ਤੁਸੀਂ ਕਰ ਲੈਣਾ ਉਪਾਅ ਕਰਨ ਦਾ ਉਹਨਾਂ ਨੂੰ ਟਾਈਮ ਨਹੀਂ ਮਿਲਦਾ ਹੈ ਬਿਜ਼ੀ ਰਹਿੰਦੇ ਹਨ ਤਾਂ ਇਹ ਦੋ ਤਿੰਨ ਗੱਲਾਂ ਤਾਂ ਉਹ ਜ਼ਰੂਰ ਹੀ ਸੁਣੋ ਕਿਉਂਕਿ ਤੁਹਾਡੇ ਬਹੁਤ ਹੀ ਜ਼ਿਆਦਾ ਫਾਇਦੇ ਵਾਸਤੇ ਹੈ ਦੇਖੋ ਜਿਸ ਤਰ੍ਹਾਂ ਕਿ ਮੈਂ ਕਿਹਾ ਹੈ ਕਿ ਚੰਦਰਮਾ ਸਭ ਤੋਂ ਸਟਰੋਂਗ ਅਤੇ ਪਾਵਰਫੁਲ ਰਹੇਗਾ ਇਸ ਮਹੀਨੇ ਦੀ ਪੂਰਨਮਾਸ਼ੀ ਨੂੰ ਤਾਂ ਸਪੈਸੀਫਿਕਲੀ ਜਿਹੜੀਆਂ ਲੇਡੀਜ਼ ਪ੍ਰੈਗਨੈਂਟ ਹਨ ਠੀਕ ਹੈ ਉਹ ਇਸ ਪੂਰਨਮਾਸ਼ੀ ਦੀ ਚੰਦਰਮਾ ਦੀ ਰੋਸ਼ਨੀ ਵਿੱਚ ਕੁਝ ਦੇਰ ਜ਼ਰੂਰ ਬੈਠਣ ਇਸ ਦੇ ਨਾਲ ਹੋਏਗਾ ਕਿ ਇੱਕ ਤਾਂ ਉਹਨਾਂ ਦਾ ਬੱਚਾ ਜਿਹੜਾ ਹੈ ਬੜਾ ਹੀ ਬਿਊਟੀਫੁਲ ਬੜਾ ਹੀ ਸੁੰਦਰ ਪੈਦਾ ਹੋਏਗਾ ਅਤੇ ਇੱਕਦਮ ਹੈਲਦੀ ਫਿੱਟ ਐਂਡ ਫਾਈਨ ਤੰਦਰੁਸਤ ਪੈਦਾ ਹੋਏਗਾ ਇਸ ਚੰਦਰਮਾ ਦੀ ਰੋਸ਼ਨੀ ਵਿੱਚ ਇਹ ਲੇਡੀਜ਼ ਪ੍ਰੈਗਨੈਂਟ ਲੇਡੀਜ਼ ਜ਼ਰੂਰ ਬੈਠਣ ਠੀਕ ਹੈ ਨੰਬਰ ਦੋ 'ਤੇ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਇਸ ਚੰਦਰਮਾ ਦੀ ਰੋਸ਼ਨੀ ਦੇ ਵਿੱਚ ਤੁਸੀਂ ਆਪਣੀਆਂ ਚੀਜ਼ਾਂ ਨੂੰ ਚਾਰਜ ਕਰ ਸਕਦੇ ਹੋ ਕਿਹੜੀਆਂ ਚੀਜ਼ਾਂ ਨੂੰ ਚਾਰਜ ਕਰ ਸਕਦੇ ਹੋ ਜੋ ਸਟੂਡੈਂਟਸ ਹੈ ਸਭ ਤੋਂ ਪਹਿਲੇ ਮੈਂ ਸਟੂਡੈਂਟਸ ਨੂੰ ਦੱਸਾਂਗੀ ਤੁਸੀਂ ਆਪਣੀ ਬੁੱਕ ਠੀਕ ਹੈ ਆਪਣੀ ਕਿਤਾਬ ਆਪਣਾ ਪੈੱਨ ਜੋ ਤੁਹਾਡਾ ਲੱਕੀ ਪੈੱਨ ਹੈ ਉਸ ਨੂੰ ਥੋੜ੍ਹੀ ਦੇਰ ਚੰਦਰਮਾ ਦੀ ਰੋਸ਼ਨੀ ਵਿੱਚ ਰੱਖ ਦੇਣਾ ਜਿਸ ਚੀਜ਼ ਦੇ ਵਿੱਚ ਤੁਹਾਡਾ ਕੋਈ ਬੱਚਾ ਕਮਜ਼ੋਰ ਹੈ ਜਿਹੜੀ ਸਬਜੈਕਟ ਦੇ ਵਿੱਚ ਉਸ ਸਬਜੈਕਟ ਦੀ ਬੁੱਕ ਤੁਸੀਂ ਚੰਦਰਮਾ ਦੀ ਰੋਸ਼ਨੀ ਵਿੱਚ ਰੱਖਣਾ ਉਹ ਚਾਰਜ ਹੋ ਜਾਏਗੀ ਅਤੇ ਤੁਸੀਂ ਦੇਖਣਾ ਉਸਦਾ ਚਮਤਕਾਰ ਦੇਖਣਾ ਦੂਸਰੇ ਨੰਬਰ 'ਤੇ ਤੁਸੀਂ ਜਿਹੜੀਆਂ ਦਵਾਈਆਂ ਖਾਂਦੇ ਹੋ ਉਸ ਨੂੰ ਉਸ ਚੰਦਰਮਾ ਦੀ ਰੋਸ਼ਨੀ ਵਿੱਚ ਚਾਰਜ ਕਰ ਲੈਣਾ ਜਿਹੜੀ ਵੀ ਬਿਮਾਰੀ ਨਾਲ ਜੂਝ ਰਹੇ ਹੋ ਨਾ ਤੁਸੀਂ ਤਾਂ ਤੁਸੀਂ ਦੇਖੋਗੇ ਕਿ ਤੁਸੀਂ ਤੁਹਾਡੀ ਉਸ ਬਿਮਾਰੀ ਤੋਂ ਤੁਹਾਨੂੰ ਬਹੁਤ ਜਲਦੀ ਛੁਟਕਾਰਾ ਮਿਲ ਜਾਏਗਾ ਕਿਉਂਕਿ ਇਹ ਵਾਲਾ ਜਿਹੜਾ ਚੰਦਰਮਾ ਦੀ ਰੋਸ਼ਨੀ ਹੈ ਨਾ ਉਸ ਦੇ ਵਿੱਚ ਇੱਕ ਐਸੇ ਔਸ਼ਧੀਏ ਗੁਣ ਨਿਕਲਣਗੇ ਉਸ ਦਿਨ ਜੋ ਉਹਦੀਆਂ ਕਿਰਨਾਂ ਹੋਣਗੀਆਂ ਨਾ ਉਸਨੂੰ ਅੰਮ੍ਰਿਤ ਧਾਰਾ ਕਿਹਾ ਜਾਂਦਾ ਹੈ ਠੀਕ ਹੈ ਦੇਖੋ ਉਪਾਅ ਦੱਸਣ ਤੋਂ ਪਹਿਲੇ ਜੇ ਮੈਂ ਚੰਦਰਮਾ ਦੀ ਰੋਸ਼ਨੀ ਦੀ ਇੰਨਾ ਇੰਟਰੋਡਕਸ਼ਨ ਤੁਹਾਨੂੰ ਦੇ ਰਹੀ ਹਾਂ ਨਾ ਤਾਂ ਸਮਝ ਜਾਓ ਕਿ ਉਹ ਕਿੰਨਾ ਤੁਹਾਡੇ ਵਾਸਤੇ ਇੰਪੋਰਟੈਂਟ ਹੈ ਠੀਕ ਹੈ ਜੇ ਇਹ ਵੀਡੀਓ ਤੁਹਾਡੇ ਤੱਕ ਪਹੁੰਚੀ ਹੈ ਨਾ ਤਾਂ ਤੁਸੀਂ ਲੱਕੀ ਹੋ ਕਿਸਮਤ ਵਾਲੇ ਹੋ ਬਈ ਨਹੀਂ ਤਾਂ ਫਿਰ ਜਿਨ੍ਹਾਂ ਕੋਲ ਬਾਅਦ 'ਚੋਂ ਪਹੁੰਚੇਗੀ ਠੀਕ ਹੈ ਤਾਂ ਫਿਰ ਉਹਨਾਂ ਨੂੰ ਪੂਰੇ ਸਾਲ ਦਾ ਵੇਟ ਕਰਨਾ ਪਏਗਾ ਇਹ ਸਭ ਆਪਣੀਆਂ ਚੀਜ਼ਾਂ ਕਰਨ ਵਾਸਤੇ ਠੀਕ ਹੈ ਹੁਣ ਮੈਂ ਆ ਜਾਂਦੀ ਹਾਂ ਉਪਾਅ ਦੱਸਣ ਦੇ ਵਿੱਚ ਜਿਹੜੇ ਤੁਸੀਂ ਚੰਦਰਮਾ ਦੀ ਰੋਸ਼ਨੀ ਵਿੱਚ ਇਹ ਉਪਾਅ ਕਰਨੇ ਹਨ ਅਤੇ ਸਭ ਤੋਂ ਪਹਿਲੇ ਦੱਸ ਦੇਵਾਂ ਕੋਈ ਕਹਿ ਰਿਹਾ ਹੈ 16 ਅਕਤੂਬਰ ਨੂੰ ਪੂਰਨਮਾਸ਼ੀ ਹੈ ਕੋਈ 17 ਅਕਤੂਬਰ ਨੂੰ ਕਹਿ ਰਹੀ ਹੈ ਤਾਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ 16 ਅਕਤੂਬਰ ਨੂੰ ਰਾਤ ਨੂੰ 8:40 'ਤੇ ਪੂਰਨਮਾਸ਼ੀ ਦਾ ਜਿਹੜਾ ਮੂਰਤ ਹੈ ਉਹ ਸ਼ੁਰੂ ਹੋ ਜਾਏਗਾ ਅਤੇ 17 ਅਕਤੂਬਰ ਨੂੰ ਅਗਲੇ ਦਿਨ ਸ਼ਾਮ ਨੂੰ 4:55 ਤੱਕ ਰਹੇਗਾ ਤਾਂ ਤੁਸੀਂ ਦੋ ਦਿਨ ਇਹ ਉਪਾਅ ਕਰਨ ਦਾ ਤੁਹਾਨੂੰ ਸਮਾਂ ਮਿਲ ਸਕਦਾ ਹੈ 16 ਅਕਤੂਬਰ ਨੂੰ ਵੀ ਕਰ ਸਕਦੇ ਹੋ 17 ਅਕਤੂਬਰ ਨੂੰ ਵੀ ਕਰ ਸਕਦੇ ਹੋ ਇਹ ਬਹੁਤ ਵੱਡੀ ਗੱਲ ਹੈ ਠੀਕ ਹੈ ਹੁਣ ਦੂਸਰੀ ਗੱਲ ਜੋ ਮੈਂ ਤੁਹਾਨੂੰ ਮੇਨ ਉਪਾਅ ਵਾਲੀ ਗੱਲ ਦੱਸਣ ਜਾ ਰਹੀ ਹਾਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਹ ਵਾਲੇ ਜਿਹੜੇ ਉਪਾਅ ਹੁੰਦੇ ਹਨ ਇਨਸਟੈਂਟ ਰਿਜ਼ਲਟ ਦਿੰਦੇ ਹਨ ਠੀਕ ਹੈ ਕਿਉਂਕਿ ਖਾਸ ਉਪਾਅ ਇਸ ਪੂਰਨਮਾਸ਼ੀ ਜਾਂ ਮੱਸਿਆ ਖਾਸ ਦਿਨ ਜਿਹੜੇ ਹੁੰਦੇ ਨੇ ਉਸ ਦਿਨ ਖਾਸ ਉਪਾਅ ਹੀ ਮੈਂ ਤੁਹਾਡੇ ਵਾਸਤੇ ਲੈ ਕੇ ਆਉਂਦੀ ਹਾਂ ਅਤੇ ਚਲੋ ਜੀ ਹੁਣ ਉਪਾਅ ਦੱਸਣ ਤੋਂ ਪਹਿਲੇ ਨਿੱਕੀ ਜੀ ਮੇਰੀ ਬੇਨਤੀ ਹੈ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਹਨ ਤਾਂ ਵੀਡੀਓ ਨੂੰ ਲਾਈਕ ਕਰੋ ਜੀ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਦੇ ਨਾਲ ਬੈਲ ਦਾ ਬਟਨ ਹੁੰਦਾ ਹੈ ਉਸ ਨੂੰ ਜ਼ਰੂਰ ਦਬਾਇਆ ਕਰੋ ਤਾਂ ਕਿ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚੇ ਕਮੈਂਟ ਵਿੱਚ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜ਼ਰੂਰ 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 ਪ੍ਰਾਪਤ ਕਰਨਾ ਹੈ ਜੀ ਅਤੇ ਹੁਣ ਗੱਲ ਕਰ ਲੈਂਦੇ ਹਾਂ ਸਭ ਤੋਂ ਪਹਿਲੇ ਉਪਾਅ ਦੀ ਠੀਕ ਹੈ ਕੀ ਕਰਨਾ ਹੈ ਤੁਸੀਂ ਚਾਬੀਆਂ ਦਾ ਗੁੱਛਾ ਲੈਣਾ ਹੈ ਆਪਣੇ ਘਰ ਦੀ ਚਾਬੀਆਂ ਦਾ ਗੁੱਛਾ ਚਾਬੀਆਂ ਦਾ ਗੁੱਛਾ ਮਤਲਬ ਤੁਹਾਡੀ ਚਾਬੀਆਂ ਦੀ ਇੱਕ ਹੁੰਦਾ ਹੀ ਹੋਣੀ ਹੈ ਨਾ ਘਰ ਦੀਆਂ 3-4 ਚਾਬੀਆਂ ਤਾਂ ਹੁੰਦੀਆਂ ਹੀ ਹੈ ਆਪਣੇ ਤਾਲੇ ਅਸੀਂ ਲਗਾਉਂਦੇ ਹਾਂ ਉਹ ਤੁਸੀਂ ਲੈਣਾ ਹੈ ਸਭ ਤੋਂ ਪਹਿਲੇ ਤਾਂ ਤੁਹਾਨੂੰ ਦੱਸ ਦੇਵਾਂ ਜੀ ਕਿ ਘਰ ਦੀਆਂ ਜਿਹੜੀਆਂ ਚਾਬੀਆਂ ਹੁੰਦੀਆਂ ਹਨ ਉਸ ਨੂੰ ਲਕਸ਼ਮੀ ਦਾ ਰੂਪ ਮੰਨਿਆ ਜਾਂਦਾ ਹੈ
ठीक है। ते एथे असी आज पूर्णमासी वाले दिन मैनिफेस्ट करना है, विश मंगनी है एबंडेंस प्रोस्पैरिटी मनी पैसों वास्ते, ठीक है। तो तुहानू करन दी की जरूरत है, जैसमिन ऑयल लेके आना है। जैसमिन दा तेल बड़ी आसानी नाल तुहानू दुकान तो बाजार जाओगे मिल जाएगा, छोटी जी डब्बी लेके आनी है। ते उस जैसमिन दे तेल नू अपने चाबियां जड़ियां हन तुहाडे घर दियां उस दे उपर थोड़ा थोड़ा तेल लगा देना है, जिसमें कि मैं तुहानू वीडियो विच दिखा रही हूं। तेल लगान तो बाद इस चाबी दे गुच्छे नू जो तुहाडियां चाबियां हन घर दियां उस नू 16 तारीख नू जदों रात 8:40 ते पूर्णमासी दा चंद्रमा दी रोशनी विच ओ एनर्जीज आ जाणगियां, इस चाबी दे गुच्छे नू चंद्रमा दी रोशनी विच रख देना है। बालकनी है तां बालकनी विच रख दो, या फिर छत है तां छत ते रख दो, किसी तरह भी चंद्रमा दी रोशनी इस चाबियां दे गुच्छे उत्ते पैनी चाहीदी है। थोड़ी देर वास्ते रखो, जिन्नी देर रख सकते हो, ज्यादा तो ज्यादा मैक्सिमम 2-3 घंटे भी रखो तो ठीक है। उस तो बाद तुसी उस चाबी दे गुच्छे नू घर लेके आ जाओ, ठीक है। फिर जिस तरह तुसी जदो भी अपने घर दा ताला खोलोगे ना इस इन्हां चाबियां दे नाल, उदो ही तुहाडे घर विच जिन्नियां भी ब्लॉकेजेस हन, भावें पैसियां दा रोक लगी हुई है, नज़र लगी हुई है, वह सब ताले तुहाडे खुलदे जाणगे, ठीक है। ताले खुलदे जाणगे, इन्नी उस दे विच एनर्जी आ जाएगी। एक तो चंद्रमा जो हाई एनर्जीज हन, पूरे साल दा पावरफुल चंद्रमा उस दिन है, उदी एनर्जीज आएगी। नाल दे नाल असी जैसमिन ऑयल लगाया है, तेल लगाया है, ओ अट्रैक्ट करता है पैसे नू, पैसे नू खिचेगा, एबंडेंस प्रोस्पैरिटी नू खिचेगा, तुहाडे घर कदी पैसों की कमी नहीं रहेगी। मैं तुहानू कहनी हां यकीन मान के चलना, जो भी प्रोसैस दसदी हाँ ये यकीन करके किता ना तो तुहानू उसका रिजल्ट जरूर मिलेगा। बड़ा ही ईजी ते बड़ा ही पावरफुल उपाय है। एक तो यह उपाय तुसी कर लेना। हुण गल करदे हां दूजे उपाय दी। दूजे उपाय विच तुहानू की चाहिदा है, बे लीफ यानी कि तेज पत्ते। जिन्नी तुहाडियां प्रॉब्लम्स हन ना उन्ने तेज पत्ते ले लेना, ठीक है। उन्हां तेज पत्तियां नू थोड़ी देर वास्ते पहले तो चंद्रमा की रोशनी विच रख देना, 15 मिनट, 20 मिनट, अद्धा घंटा, 1 घंटा, जिन्ना तुहानू आसानी नाल तुसी रख सकते हो। मैक्सिमम टाइम रखोगे तो ज़्यादा अच्छा है। जो चंद्रमा की रोशनी नाल चार्ज करके तुसी वो तेज पत्ते बे लीफ नू घर लेके आने हैं, ठीक है। फिर एक एक पत्ते ते जिस तरह की समझ कोई भी विश मैनीफेस्ट करनी है वह तुसी लिखनी है, जिस तरह की मैं तुहानू दिखा रही हूँ। तुहाडी फाइनैंशियल प्रॉब्लम, पैसे की प्रॉब्लम, वो पत्ते दे उत्ते लिखनी है, ठीक है। दूजे पासे तुसी स्विच नंबर लिखना है, एंजल नंबर लिखना है। एंजल नंबर 1176 1111, 4 बारी 1111 1176, यह तुसी पत्ते दे दूसरी साइड ते लिखना है। फिर उस पत्ते नू बे लीफ नू तेज पत्ते नू जला देना है, ते जलाण तो बाद जेड़ी उदी राख बचेगी उस नू तुसी बाहर वेड़े विच जाके फूक मार के उड़ा देना है। मैं तुहानू बहुत सारे बे लीफ क्या सी, तेज पत्ते क्या सी, ते मैं तुहानू एक दा करके दिखाया है। इसी तरह तुसी तुहाडी दूसरी कोई प्रॉब्लम है, जिस तरह मैं तुहानू मनी प्रॉब्लम दा करके दिखाया, दूसरी कोई जो भी तुहानू प्रॉब्लम है वह लिखो। समझ लो तुहाडी व्याह नहीं हो रहा तो एक पत्ते दे उपर लिखो मैरिज, फिर पिछे स्विच कोड एंजल नंबर ओ ही लिखने हैं, ठीक है। 1176 1111, 4 बारी 1111, यह लिखना है, जलाना है, तो फिर राख नू फूक मार के उड़ा देना है। जिन्नी भी तुहाडी विश है सब मैनीफेस्ट कर सकते हो। स्पेसिफिकली इस पूर्णमासी ते अपनी बीमारी तुसी दूर कर सकते हो। हेल्थ तो सेहत तो रिलेटेड कोई भी तुहानू प्रॉब्लम है वो लिखो, तुहाडी प्रॉब्लम जरूर दूर होएगी। नाल दे नाल जिन्हां नू हेल्थ रिलेटेड प्रॉब्लम है ना वो जरूर थोड़ी देर इस पूर्णमासी दी चंद्रमा दी रोशनी विच जरूर बैठन। ऐ वाला उपा तेज पत्ते वाला उपा कर लेना, बहुत ही इंस्टेंट रिजल्ट मिलेगा। हो सकता है अगली जड़ी पूर्णमासी आएगी उस पूर्णमासी ते तुहाडी तुसी देखोगे कि जो तुसी मैनीफेस्ट कीता सी, जो तुसी इच्छा मंगी सी, वो तुहाडी पूरी भी हो सकती है। बस यकीन मनना, ठीक है, विश्वास जरूर रखना, जो भी करोगे अपना परमात्मा दा नाम लेके ऐ काम तुसी करना है। सो ऐसी अज दी वीडियो दी जानकारी ते उपा
इस पूरनमासी का किन्ना महत्व है मैं तुहानू डिटेल विच दस दिता है। उपाय तुहानू दोनों दस दिते हन, दोनों विचों एक उपाय करना चाहते हो तो एक करो, दोनों करना चाहते हो तो दोनों करो, ठीक है, कोई दिक्कत वाली गल नहीं है। सो चलो जी हुण मैनू इजाजत दिओ, मिलदी हां अगली वीडियो विच तुहाडी किसी होर परेशानी का वधिया जिहा हल लेके।